ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਅੱਜ 6 ਜੁਲਾਈ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ। ਸ਼ਾਮ ਦੇ 7 ਵਜੇ ਤੋਂ ਬਾਅਦ ਦੀ ਜਾਣਕਾਰੀ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅੱਜ ਰਾਤ ਸਮੇਂ ਕੀ ਮੌਸਮੀ ਹਲਚਲ ਹੋਣ ਦੀ ਸੰਭਾਵਨਾ ਹੈ। ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਹੇ ਹਾਂ। ਮੌਸਮ ਫਿਲਹਾਲ ਮੀਂਹ ਤੋਂ ਰਹਿਤ ਹੈ, ਪਰ ਥੋੜ੍ਹੀ ਬਹੁਤ ਹਲਕੀ ਦਰਮਿਆਨੀ ਬੱਦਲਵਾਈ ਵੱਖ ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ। ਸਵੇਰ ਦੇ ਵੇਲੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਸਵੇਰ ਤੋਂ ਦੁਪਹਿਰ ਦਰਮਿਆਨ ਮੀਂਹ ਦੇ ਛਰਾਟੇ ਦੇਖਣ ਨੂੰ ਮਿਲੇ ਨੇ, ਅਤੇ ਰਾਤ ਦੀ ਗੱਲ ਕੀਤੀ ਤਾਂ ਫਿਲਹਾਲ ਅੱਧੀ ਰਾਤ ਤੱਕ ਯਾਨੀ ਕਿ 7 ਵਜੇ ਤੋਂ ਲੈ ਕੇ 11-12-1 ਵਜੇ ਤੱਕ ਫਿਲਹਾਲ ਕੋਈ ਮੀਂਹ ਵਰਗੇ ਹਾਲਾਤ ਪੰਜਾਬ ਦੇ ਕਿਸੇ ਹੋਰ ਇਲਾਕੇ ਵਿੱਚ ਸੰਭਾਵਨਾ ਘੱਟ ਹੈ, ਮੀਂਹ ਪੈਣ ਦੇ ਚਾਂਸ ਘੱਟ ਨਜ਼ਰ ਆ ਰਹੇ ਨੇ। ਥੋੜ੍ਹੇ ਬਹੁਤ ਹੋ ਸਕਦਾ ਕਿ ਹਲਕੇ ਫੁਲਕੀ ਕਿਣ ਮਿਣ ਜਾਂ ਮੀਂਹ ਦੇ ਛਿੱਟੇ ਛੋਟੇ ਮੋਟੇ ਪੈ ਸਕਦੇ ਨੇ ਜੀ, ਪਰ ਕੋਈ ਜ਼ਿਆਦਾ ਮੀਂਹ ਦੀ ਸੰਭਾਵਨਾ ਨਹੀਂ ਹੈ। ਹਵਾਵਾਂ ਪੂਰਬ ਦਿਸ਼ਾ ਤੋਂ ਹਲਕੀ ਰਫ਼ਤਾਰ 'ਤੇ ਵਗਣਗੀਆਂ, ਜਹਾਂ ਹਵਾਵਾਂ ਦੀ ਗਤੀ ਲਗਭਗ 5-7 ਤੋਂ ਲੈ ਕੇ 15-18 ਕਿਲੋਮੀਟਰ ਦੇ ਵਿਚਕਾਰ ਰਹੇਗੀ। ਅਤੇ ਅੱਧੀ ਰਾਤ ਤੋਂ ਬਾਅਦ ਦੀ ਗੱਲ ਕਰੀਏ ਤਾਂ 12-1 ਵਜੇ ਤੋਂ ਥੋੜ੍ਹੇ ਬਹੁਤ ਜਿਹੜੇ ਛੋਟੇ ਮੋਟੇ ਬੱਦਲ ਨੇ ਉਹ ਪੰਜਾਬ ਵਿੱਚ ਐਂਟਰੀ ਕਰ ਸਕਦੇ ਨੇ, ਖਾਸ ਤੌਰ 'ਤੇ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਦੇ ਆਸ ਪਾਸ ਪੰਜਾਬ ਦੇ ਉੱਤਰ ਅਤੇ ਕੁਝ ਉੱਤਰ ਪੱਛਮੀ ਜਿਹੜੇ ਖੇਤਰ ਹੋਣਗੇ ਉਹਨਾਂ ਭਾਗਾਂ ਵਿੱਚ ਥੋੜ੍ਹੀ ਬਹੁਤ ਬੱਦਲਬਾਈ ਐਂਟਰ ਹੋ ਸਕਦੀ ਹੈ। ਖਾਸ ਤੌਰ 'ਤੇ ਉੱਤਰ ਜਿਵੇਂ ਮਾਝੇ ਦੇ ਕੁਝ ਸਰਹੱਦੀ ਖੇਤਰ ਹੋ ਗਏ ਜਾਂ ਫਿਰ ਆਪਣੇ ਮਾਲਵੇ ਦੇ ਇਲਾਕੇ ਪੈ ਜਾਂਦੇ ਨੇ ਦੱਖਣ ਪੱਛਮੀ ਹਿੱਸਿਆਂ ਦੇ ਜਿਹੜੇ ਸਰਹੱਦੀ ਏਰੀਏ, ਉਹਨਾਂ ਵਿੱਚ ਛੋਟੀ ਮੋਟੀਆਂ ਕਾਰਵਾਈਆਂ ਹੋ ਸਕਦੀਆਂ ਨੇ। ਬੱਦਲਾਂ ਦੀ ਹਲਚਲ ਜਿਹੜੀ ਆਪਾਂ ਨੂੰ ਤੜਕੇ ਸਮੇਂ ਜਾਂ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਬਾਕੀ ਰਾਤ ਸਮੇਂ ਮੌਸਮ ਠੀਕ ਠਾਕ ਰਹੇਗਾ, ਅਤੇ ਕੱਲ੍ਹ ਸਵੇਰ ਦੀ ਜਿਹੜੀ ਅਗਲੀ ਤਾਜ਼ਾ ਅਪਡੇਟ ਹੈ ਉਹ ਕੱਲ੍ਹ ਸਵੇਰ ਦੀ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ।